ਹਾਈ, ਵੈਲਕਮ ਟੂ ਹਿਟਸ ਕੈਫੇ। ਸੋ ਮੈਨੂੰ ਮੈਸੇਜ ਆਇਆ ਸੀ ਇਹਨਾਂ ਦੀ ਐਕਸ ਗਰਲਫ੍ਰੈਂਡ ਦਾ, ਜਿਹਦਾ ਨਾਮ ਹੈ ਸੀਮਾ, ਐਂਡ ਅੱਜ ਮੇਰੇ ਨਾਲ ਉਹਨਾਂ ਦੇ ਐਕਸ ਬੋਏਫ੍ਰੈਂਡ ਹੈ ਕਰਤਾਰ ਚੀਮਾ। ਕਿੱਦਾਂ ਦੀ ਲੱਗੀ ਮੇਰੀ ਸ਼ਾਇਰੀ? ਸ਼ਾਇਰੀ ਤਾਂ ਨਹੀਂ ਬਹੁਤ ਵਧੀਆ, ਪਰ ਕਰਤਾਰ ਸਿੰਘ ਚੀਮੇ ਨੂੰ ਸੀਮਾ ਨਾਂ ਨਹੀਂ ਸੂਟ ਕੀਤਾ ਮੈਨੂੰ। ਸੀਮਾ ਕੋਈ ਵਧੀਆ ਜਿਹਾ ਰੱਖ ਦਿੰਦੇ ਆ, ਟੀਨਾ, ਠੀਕ ਹੈ? ਨਹੀਂ ਕੋਈ ਰੱਖੋ ਤੁਸੀਂ, ਸਰਜੀਤ ਕੌਰ, ਗੁਰਮੀਤ ਕੌਰ, ਮੇਰੀ ਇੱਕ ਹੋਰ ਸ਼ਾਇਰੀ ਬਣਾਈ ਸੀ, ਉਹ ਇੱਦਾਂ ਸੀ ਕਿ ਜੇ ਤੁਸੀਂ ਚਾਹੁੰਦੇ ਹੋ ਆਪਣੀ ਲਾਈਫ ਦੀ ਸੇਫਟੀ ਤਾਂ ਕਰਾਓ ਬੀਮਾ, ਮੇਰੇ ਨਾਲ ਹੈ ਕਰਤਾਰ ਚੀਮਾ। ਬੋਲੇ ਬੀਮਾ ਇਹ ਠੀਕ ਹੈ, ਪਹਿਲੇ ਵਾਲੀ ਨਹੀਂ ਵਧੀਆ, ਸੀਮਾ ਨਾਮ ਨਹੀਂ ਵਧੀਆ ਲੱਗਿਆ ਨਾ। ਨਹੀਂ ਨਾ ਨਾ ਤਾਂ ਕੋਈ ਵੀ ਨਹੀਂ ਮਾੜਾ ਹੁੰਦਾ ਹੈ ਨਾ, ਜੋ ਜੋ ਇਸ ਯੂਨੀਵਰਸ ਜਿਹਦਾ ਨਾਂ ਰੱਖਿਆ ਉਹਦਾ ਕੋਈ ਮਤਲਬ ਹੋਊਗਾ। ਹੁਣ ਕਰਤਾਰ ਸਿੰਘ ਚੀਮਾ ਦੇ ਸੀਮਾ, ਇਹ ਤਾਂ ਪੰਜਵੇਂ ਦਿਨ ਤਲਾਕ ਵਾਲੀ ਗੱਲ ਜੀ ਗੱਲ ਲੱਗਦੀ ਹੈ ਮੈਨੂੰ। ਫਿਰ ਆਪਾਂ ਨੈਕਸਟ ਟਾਈਮ ਵਧੀਆ ਜੀ ਸ਼ਾਇਰੀ ਲੈ ਕੇ ਆਵਾਂਗੇ। ਕਰਤਾਰ ਜੀ, ਆਪਾਂ ਹਨਾ ਜਦੇ ਤੁਹਾਨੂੰ ਦੇਖ ਰਹੇ ਹਾਂ, ਤੁਸੀਂ ਉਦਾਂ ਦੇ ਫਿੱਟ ਹੋ ਫਰੋਮ ਹਸ਼ਰ। ਆਹ ਗੱਲ ਸੁਣ ਲਈ ਨਾ ਦਿਲ ਤਰਸ ਜਾਂਦਾ, ਤੁਸੀਂ ਬਹੁਤ ਯੂਜ਼ ਟੂ ਹੋਣੇ ਇਸ ਕੰਪਲੀਮੈਂਟ ਦੇ। ਨਹੀਂ, ਥੈਂਕ ਯੂ ਸੋ ਮਚ। ਤੁਸੀਂ ਸਾਰਾ ਦਿਨ ਹੀ ਜਿਮ ਰਹਿੰਦੇ ਹੋ, ਮਤਲਬ ਕੋਈ ਚੀਟ ਨਹੀਂ ਕਰਦੇ ਡਾਈਟ ਕੁਛ ਵੀ ਨਹੀਂ? ਦੇਖੋ ਦੋ ਕਾਰਨ ਨੇ, ਬੰਦਾ ਇੱਕ ਕੰਮ ਕਰਦਾ, ਦੂਜਾ ਇੰਜੋਏ ਭਾਲਦਾ। ਬਿਲਕੁਲ, ਜੋ ਕੰਮ ਕਰੇ ਉਸ ਤੋਂ ਜੋ ਕਮਾਵੇ ਉਹ ਤੋਂ ਇੰਜੋਏ ਕਰੇ। ਮੈਂ ਕੰਮ ਵੀ ਕਰਦਾ ਉਹਨੂੰ ਇੰਜੋਏ ਵੀ ਕਰਦਾ। ਅੱਜ ਕੱਲ ਜੋ ਫਿਟਨੈਸ ਫਰੀਕ ਲੋਕ ਆਏ ਆ ਜਾਂ ਫਿਟਨੈਸ ਦਾ ਮਾਹੌਲ ਸਾਰੇ ਵਰਲਡ 'ਚ ਹੀ ਚੱਲਿਆ, ਠੀਕ ਹੈ, ਉਹ ਇੱਕ ਆਪਣੇ ਆਪ ਦੇ ਵਿੱਚ ਇੰਜੋਏਮੈਂਟ ਆ। ਦੇਖੋ ਸਟ੍ਰੈਸ ਹੋਵੇ ਕੁਛ ਹੋਵੇ, ਤੁਸੀਂ ਫਿਟਨੈਸ ਵੱਲ ਹੋ ਜਾਓ, ਉਹ ਉਸੇ ਤਰੀਕੇ ਨਾਲ ਹੀ ਆ। ਹੁਣ ਮੈਨੂੰ ਤਾਂ ਕੰਮ ਹੀ ਫਿਟਨੈਸ ਤਾਂ ਆਉਂਦਾ, ਇੱਕ ਤਾਂ ਮੈਂ ਇੰਜੋਏ ਕਰਦਾ ਫਿਟਨੈਸ ਨੂੰ, ਹੈ ਨਾ, ਅਤੇ ਦੂਜਾ ਉਸ ਤੋਂ ਮੈਨੂੰ ਕੋਈ ਬੁਲਾਉਂਦਾ ਹੈ, ਸਾਨੂੰ ਡਾਈਟ ਚਾਹੀਦੀ ਆ, ਸਾਨੂੰ ਫਿਲਮ 'ਚ ਕੰਮ ਚਾਹੀਦਾ, ਸਾਨੂੰ ਐਜ਼ ਏ ਹੀਰੋ ਲੈਣਾ, ਅਸੀਂ ਜਿਮ ਖੋਲ੍ਹਣਾ, ਅਸੀਂ ਮੈਂ ਫਿਟਨੈਸ ਚੈਨਲ ਵੀ ਚਲਾਉਣਾ, ਮਤਲਬ ਸੋ ਮੈਨੀ ਥਿੰਗਸ, ਹੈ ਨਾ। ਇੱਕ ਤਾਂ ਤੁਹਾਡੀ ਸਿਹਤ ਆ, ਸਿਹਤ ਨਾਲ ਜੁੜੇ ਕੰਮ ਕਿੰਨੇ ਨੇ, ਹੈ ਨਾ, ਕੋਈ ਪ੍ਰੋਪਰਟੀ ਕਮਾਉਂਦਾ, ਪ੍ਰੋਪਰਟੀ ਮੇਰੀ ਸਿਹਤ ਹੈਗੀ ਆ, ਪਲੱਸ ਕਲੱਬਿੰਗ ਕਰਦੇ ਲੋਕ, ਇੰਜੋਏ ਕਰਦੇ, ਹੈ ਨਾ। ਅੱਜ ਕੱਲ੍ਹ ਜਿਹੜੇ ਲੋਕ ਕਲੱਬਾਂ ਦੇ ਵਿੱਚ ਜਾਣ ਦੇ ਸ਼ੌਕੀਨ ਨੇ, ਜਾਂ ਉਹ ਗੋਆ ਜਾਣ ਦੇ ਸ਼ੌਕੀਨ ਨੇ, ਜਾਂ ਫਿਰ ਟੂਰਿਸਟ ਪਲੇਸਾਂ ਦੇ ਜਾਣ ਦੇ ਸ਼ੌਕੀਨ ਨੇ, ਉਹ ਜਿੰਮ ਜ਼ਰੂਰ ਆਉਂਦੇ। ਤਾਂ ਮੇਰਾ ਜਿੰਮ ਵੀ ਹੋ ਜਾਂਦਾ, ਮੇਰੀ ਕਲੱਬਿੰਗ ਵੀ ਹੋ ਜਾਂਦੀ ਹੈ, ਮੇਰੀ ਆਮਦਨ ਵੀ ਹੋ ਜਾਂਦੀ ਹੈ, ਅਤੇ ਮੈਨੂੰ ਸਾਰਾ ਦਿਨ ਜਿੰਮ ਰਹਿਣ ਦੇ ਵਿੱਚ ਪ੍ਰੋਬਲਮ ਕੋਈ ਨਹੀਂ। ਮਤਲਬ ਵੈਨ ਐਵਰ ਆਈ ਸੀ ਯੂਰ ਸਟੋਰੀ, ਰੋਜ਼ ਹੀ ਹੈ ਨਾ ਆਪਾਂ ਤੁਹਾਨੂੰ ਇੰਸਟਾਗ੍ਰਾਮ ਜਾਂ ਸਨੈਪ, ਇੱਕ ਸਟੋਰੀ ਤਾਂ ਜ਼ਰੂਰ ਹੈ ਜਿੰਮ ਦੀ। ਹਾਂਜੀ, ਇਹ ਲਾਈਕ ਸਿਰਫ ਜਿੰਮ ਨਹੀਂ, ਮੇਰਾ ਇੰਸਟਾ ਵੀ ਕਹਿੰਦਾ ਉੱਠ ਕੇ ਵੀ ਉੱਠ ਮੇਰੇ ਜਿੰਮ ਵਾਲੀ ਸਟੋਰੀ ਦਾ ਬਾਰੇ ਨਹੀਂ। ਇਹ ਗਲੋ ਸਿਰਫ ਜਿੰਮ ਕਰਕੇ ਆ ਜਾਂ ਤੁਸੀਂ ਆਪਣੀ ਕੋਈ ਵੱਖਰੀ ਡਾਈਟ ਵੀ ਕੁਛ ਇਦਾਂ ਦਾ ਹੈਗਾ? ਓਬਵੀਅਸਲੀ ਡਾਈਟ ਤੇ ਜਿੰਮ ਹੀ ਆ, ਕੋਈ ਗਰਲਫ੍ਰੈਂਡ ਵਾਲਾ ਚੱਕਰ ਨਹੀਂ ਜਿੱਤੇ ਤੁਸੀਂ ਪਹੁੰਚਣਾ ਚਾਹੁੰਦੇ ਹੋ। ਨਹੀਂ ਪਹੁੰਚੇ, ਹੈ ਨਾ, ਤੁਸੀਂ ਪਹੁੰਚ ਨਹੀਂ ਦਿੱਤਾ। ਇਹਦਾ ਸਾਡਾ ਰਿਸਕੀ ਟਾਵਰ ਹੈ, ਇਹਨੂੰ ਆਪਾਂ ਖੇਡਣਾ। ਮੈਂ ਵੀ ਉਹਦਾ ਬੇਟਾ ਵੇਖੀ ਜਾਂਦਾ ਸੀ ਵਿੱਚ ਕੀ ਚਿਣਿਆ, ਮੈਂ ਕਿਹਾ ਸ਼ਾਇਦ ਕੋਈ ਸ਼ੋਅ ਲਈ ਹੈਗਾ। ਨਹੀਂ ਨਹੀਂ, ਇਹਦੇ ਵਿੱਚ ਕੁਐਸਚਨ ਹੈ ਝੂਠ ਬੋਲਣਾ, ਬਾਅਦ ਚ ਮੈਂ ਜੋ ਬੋਲੂਗਾ ਸੱਚ ਬੋਲੂਗਾ, ਮਤਲਬ ਪਹਿਲੇ ਵਾਲਾ ਸੱਚ ਸੀ, ਪਹਿਲੇ ਵਾਲਾ ਸੱਚ ਸੀ। ਹੁਣ ਆਪਾਂ ਇਹਨੂੰ ਖੇਡਣਾ, ਜਿਹੜਾ ਕੁਐਸਚਨ ਆਏਗਾ ਉਹਦਾ ਆਨਸਰ ਦੇਣਾ ਹੀ ਦੇਣਾ ਹੈ। ਕਰੀਏ ਫਿਰ ਸ਼ੁਰੂ? ਚਲੋ ਜੀ, ਤੁਹਾਡੀ ਟਰਨ, ਡਾਈਸ ਰੋਲ ਕਰਨਾ ਆਪਾਂ, ਇਹਨੂੰ ਆਪਾਂ ਘੁਮਾਉਣਾ, ਜਿਹੜਾ ਕਲਰ ਆਏਗਾ ਉਹ ਵਾਲਾ ਕੱਟ ਕੇ ਆਪਾਂ ਕੁਐਸਚਨ ਦੇਣਾ। ਠੀਕ ਹੈ, ਚਲੋ, ਸਾਥ ਨਹੀਂ ਮੇਰਾ। ਰਿਸਕੀ ਟਾਵਰ, ਰੈਡ ਰੈਡ ਪਹਿਲੇ ਖਤਰਾ, ਇਹ ਮੈਂ ਕੱਢਣਾ, ਤੁਸੀਂ ਕੱਢਣਾ, ਤੁਸੀਂ ਕੱਢਣਾ, ਬਸ ਆਪਾਂ ਇਹਨੂੰ ਗਿਰਨ ਨਹੀਂ ਦੇਣਾ। ਚੰਗਾ ਭਲਾ ਟਾਵਰ ਵੀ ਢਾ ਸਕਦਾ ਮੈਂ? ਨਹੀਂ ਨਹੀਂ, ਫਿਰ ਗੇਮ ਖਤਮ ਹੋ ਜਾਏਗੀ ਸਾਡੀ। ਲਓ, ਆਈ ਵਿਲ ਹੈਲਪ ਯੂ। ਹੂਮ ਡੂ ਯੂ ਲਵ ਦੀ ਮੋਸਟ, ਸਭ ਤੋਂ ਜ਼ਿਆਦਾ ਤੁਸੀਂ ਕਿਹਨੂੰ ਪਿਆਰ ਕਰਦੇ ਹੋ? ਮੇਰੀ ਮਾਂ, ਮੰਮਾ ਨੂੰ, ਹੈ ਨਾ।
ਮੇਰੇ ਨਾ ਇੱਕ ਹੈ ਨਾ ਦਿਲ 'ਚ ਆ ਰਹੀ ਸੀ ਕੁਐਸਚਨ ਕਿ ਤੁਸੀਂ ਬਹੁਤ ਸਟੰਟ ਕਰਦੇ ਹੋ, ਖੁਦ ਕਰਦੇ ਹੋ, ਹੈ ਨਾ? ਇੱਕ ਮੈਂ ਦੇਖਿਆ ਸੀ ਤੁਸੀਂ ਹਾਰਸ 'ਤੇ ਕੋਈ ਸਟੰਟ ਕਰ ਰਹੇ ਸੀ ਐਂਡ ਤੁਹਾਨੂੰ ਇੰਜਰੀ ਹੋ ਗਈ ਸੀ ਕੋਈ, ਬਹੁਤ ਬੁਰੀ ਤਰ੍ਹਾਂ ਡਿੱਗਿਆ, ਹੈ ਨਾ? ਫਿਰ ਜਦ ਤੁਸੀਂ ਕਰ ਗਏ ਤੁਹਾਡੇ ਮੰਮਾ ਨੇ ਡਾਂਟਿਆ ਨਹੀਂ ਕਿ ਇਹ ਕੀ ਕਰਾ ਕੇ ਆ ਗਿਆ? ਮੇਰੇ ਮਾਤਾ ਜੀ ਗੁਰਦੁਆਰਾ ਸਾਹਿਬ ਸੀਗੇ, ਉਹਨੂੰ ਮਸਤੂਆਣਾ ਸਾਹਿਬ ਸੰਗੂਰ, ਓਕੇ, ਅਤੇ ਉਹਨਾਂ ਨੇ ਕਿਹਾ ਮੁੰਡੇ ਨੇ ਵੀ ਕਰਤਾਰ ਘੋੜੇ ਤੋਂ ਡਿੱਗ ਪਿਆ ਅਤੇ ਮਾਤਾ ਗੁਰਦੁਆਰਾ ਸਾਹਿਬ ਡਿੱਗ ਪਏ। ਓ ਸੋ ਜੇ ਕੋਈ ਟੈਲੀਪੈਥੀ ਨਾਂ ਦੀ ਚੀਜ਼ ਹੈਗੀ ਨਾ ਦੁਨੀਆਂ 'ਚ, ਤੁਸੀਂ ਸੁਣਿਆ ਹੋਊਗਾ ਜਾਂ ਸਾਰੇ ਜਾਣਦੇ, ਉਹ ਇੱਕ ਮਾਂ ਅਤੇ ਬੱਚੇ 'ਚ ਸਭ ਤੋਂ ਪਹਿਲਾਂ ਆਉਂਦੀ ਹੈ। ਬਿਲਕੁਲ ਠੀਕ ਹੈ, ਉੱਦਾਂ ਵੱਡਾ ਕਨੈਕਸ਼ਨ ਕਿਸੇ 'ਚ ਨਹੀਂ ਹੈਗਾ। ਦੁਨੀਆਂ ਨੇ ਐਕਸਪੈਰੀਮੈਂਟ ਕਰ ਲਏ, ਵੱਡੇ ਵੱਡੇ ਸਾਇੰਟਿਸਟ ਨੇ ਕਰ ਲਈ, ਮੈਂ ਨਾਂ ਦੇ ਹਵਾਲੇ ਨਾਲ ਦੱਸ ਸਕਦਾ ਜੇ ਆਪਾਂ ਡਿਟੇਲ ਦੇ ਵਿੱਚ ਜਾਈਏ, ਪਰ ਕਿਸੇ ਨੇ ਮਾਂ ਅਤੇ ਬੱਚੇ ਦੀ ਟੈਲੀਪੈਥੀ ਨਹੀਂ ਦੇਖੀ। ਐਗਜੈਕਟਲੀ, ਮੈਂ ਜਦੋਂ ਜਦੋਂ ਮੈਂ ਇੱਕ ਪ੍ਰੋਬਲਮ ਦੇ ਵਿੱਚ ਹੋਇਆ ਜਾਂ ਸਾਈਡ ਬੈਠਾ, ਮੈਨੂੰ ਮੇਰੀ ਮਾਂ ਦਾ ਫੋਨ ਆ ਜਾਂਦਾ, ਠੀਕ ਹੈ, ਹੈ ਨਾ? ਓਕੇ, ਸੋ ਉਹਨਾਂ ਨੇ ਕੁੱਟਣਾ ਤਾਂ ਜ਼ਰੂਰ ਹੈ, ਪਰ ਮਾਂ ਵੀ ਇਹੀ ਹੈ ਕਿ ਜੋਕ ਚੱਲਿਆ ਸੀ ਪਿੱਛੇ ਜੇ, ਬੱਚਾ ਉੱਤੋਂ ਕੰਧ ਕੋਠੇ ਤੋਂ ਡਿੱਗਣ ਵਾਲਾ ਤੇ ਮਾਂ ਥੱਲੇ ਕਹਿੰਦੇ ਜੇ ਨੀਚੇ ਡਿੱਗਿਆ ਨਾ ਮੈਂ ਤੇਰੀ ਲੱਤਾਂ ਤੋੜ ਦੇਣੀ। ਪਰ ਤੁਹਾਡੇ ਨਾਲ ਇਦਾਂ ਹੁੰਦਾ ਕਿ ਤੁਸੀਂ ਚੋਟ ਖਾਈ ਹੈ ਫਿਰ ਵੀ ਤੁਹਾਨੂੰ ਡਾਂਟ ਪੈ ਗਈ ਹੈ? ਉਹ ਤਾਂ ਡਾਂਟ ਕੇ ਛਿੱਤਰ ਵੀ ਪੈਂਦੇ ਰਹੇ, ਦਿੱਕਤ ਨਹੀਂ ਹੈ, ਅਸੀਂ ਸਮਝਦੇ ਵੀ ਨਹੀਂ ਸੀ। ਅੱਜ ਕੱਲ੍ਹ ਦੇ ਬੱਚਿਆਂ 'ਚ ਤੇ ਸਾਡੇ 'ਚ ਫਰਕ ਬਹੁਤ ਹੈ, ਅਸੀਂ ਹਮੇਸ਼ਾ ਹੀ ਛਿੱਤਰਾਂ ਦੀ ਭਾਸ਼ਾ ਹੀ ਸਮਝੀ ਹੈ। ਐਗਜੈਕਟਲੀ, ਉਹ ਜਿਹੜੀ ਚੱਪਲ ਸੀ ਨਾ ਉਹ ਹਰ ਮੈਡੀਸਨ ਸੀ, ਡੋਜ਼ ਸੀਗੀ, ਉਹਨੇ ਹਰ ਇੱਕ ਬੁਖਾਰ ਤੱਕ ਠੀਕ ਕੀਤੇ ਹੋਏ ਸਾਡੇ। ਉਹਨੂੰ ਬਹੁਤ ਜ਼ਿਆਦਾ ਖੁਸ਼ ਹੋਣੇ ਹੋਣੇ, ਹੈ ਨਾ, ਕਿ ਤੁਹਾਨੂੰ ਦੇਖ ਕੇ, ਤੁਹਾਡਾ ਸਕਸੈਸ ਦੇਖ ਕੇ। ਇਮੋਸ਼ਨਲ ਕੰਪਲੀਮੈਂਟ ਜੋ ਤੁਹਾਡੇ ਮੰਮਾ ਨੇ ਤੁਹਾਨੂੰ ਦਿੱਤਾ ਹੋਵੇ? ਇਮੋਸ਼ਨਲ ਕੰਪਲੀਮੈਂਟ ਤਾਂ ਹਰ ਵਾਰੀ ਹੁੰਦੇ ਆ ਘਰ ਦੇ ਵਿੱਚ ਜਾਈਏ, ਜਦੋਂ ਤੁਹਾਡੇ ਮਾਂ ਪਿਓ ਤੁਹਾਡੇ ਨਾਂ ਤੋਂ ਜਾਣੇ ਜਾਣ ਲੱਗ ਜਾਣ, ਮਾਂ ਪਿਓ ਲਈ ਉਹ ਸਭ ਤੋਂ ਵੱਡੀ ਇਮੋਸ਼ਨਲ ਚੀਜ਼ ਹੁੰਦੀ ਹੈ ਨਾ। ਅਤੇ ਘਰ ਤੁਹਾਡਾ ਜਦੋਂ ਤੁਸੀਂ ਜਿਸ ਸ਼ਹਿਰ ਦੇ ਵਿੱਚ ਤੁਹਾਨੂੰ ਰਜਿਸਟਰ ਨਾ ਕੀਤਾ ਜਾਂਦਾ ਹੋਵੇ, ਹੈ ਨਾ, ਹੂ ਦੇ ਆਰ, ਤੇ ਤੁਹਾਡਾ ਘਰ ਉੱਥੇ ਲੈਂਡਮਾਰਕ ਬਣ ਜਾਵੇ। ਐਗਜ਼ੈਕਟਲੀ, ਉਦੋਂ ਵੱਡੀ ਕੋਈ ਇਮੋਸ਼ਨਲ ਗੱਲ ਨਹੀਂ ਹੁੰਦੀ, ਹੈ ਨਾ। ਮੇਰੀ ਮਾਂ ਲਈ ਜਾਂ ਮੇਰੇ ਲਈ ਸਭ ਤੋਂ ਇਮੋਸ਼ਨਲ ਗੱਲ ਹੁੰਦੀ ਹੈ ਜਦੋਂ ਮੇਰੀ ਮਾਂ ਨੂੰ ਕੀ ਆ ਕੇ ਕਹਿ ਦਿੰਦਾ, ਮੇਰੀ ਮਾਂ ਦਾ ਨਾਮ ਸਨਾਮ ਕੌਰ ਆ, ਸੱਤ ਸੱਤ ਕਹਿੰਦੇ ਨੇ, ਗਵਨ ਲੈ ਹੈ ਨਹੀਂ ਸੱਤ ਕਰਤਾਰ ਤੇ ਜਮਾਂ ਤੇਰੇ ਅਰਗਾ, ਹਾਏ, ਗੋਲ ਮੂੰਹ ਫਲਾਣਾ ਨਹੀਂ ਹੁੰਦਾ, ਮੈਂ ਮਾਤਾ ਚੁੱਪ ਕਰਦਾ, ਮੈਂ ਹੁਣ ਬਹੁਤ ਵੱਡਾ ਹੋ ਗਿਆ, ਤੂੰ ਲੈਣਾ। ਸੋ ਸ਼ੀ ਗੈਟ ਵੈਰੀ ਇਮੋਸ਼ਨਲ, ਹੈ ਨਾ, ਅਤੇ ਮੈਨੂੰ ਵੀ ਲੱਗਦਾ ਕਿ ਵੀ ਜੇ ਤੁਸੀਂ ਤੁਹਾਨੂੰ ਕੋਈ ਕਵੇ ਤਾਂ ਆਪਣੀ ਮਾਂ ਵਰਗਾ ਹੈਗਾ ਤਾਂ ਉਦੋਂ ਵੱਡਾ ਕੰਪਲੀਮੈਂਟ ਕੋਈ ਨਹੀਂ ਹੈ, ਉਸ ਤੋਂ ਖੂਬਸੂਰਤ ਚੀਜ਼ ਕੋਈ ਨਹੀਂ ਹੈ ਦੁਨੀਆਂ 'ਚ। ਤੁਸੀਂ ਹੈ ਨਾ ਲੈਂਡਮਾਰਕ ਦੀ ਗੱਲ ਕੀਤੀ ਹੈ, ਯੂ ਆਰ ਫਰੋਮ ਸੰਗਰੂਰ ਐਂਡ ਸੰਗਰੂਰ ਵਾਲਿਆਂ ਲਈ, ਹੈ ਨਾ, ਇੱਕ ਲਾਈਨ ਹੈ ਕਿ ਮੇਰਾ ਨਹੀਂ ਕਸੂਰ ਮੇਰਾ ਜ਼ਿਲ੍ਹਾ ਸੰਗਰੂਰ, ਇੱਦਾਂ ਕਿਉਂ ਕਹਿੰਦੇ ਆ? ਮੇਰਾ ਕਸੂਰ ਨਹੀਂ ਹੈ, ਮੇਰੀ ਫਿਜ਼ੀਕ ਇੰਨੀ ਸੋਹਣੀ ਹੈ, ਮੇਰਾ ਜ਼ਿਲ੍ਹਾ ਸੰਗਰੂਰ ਆ, ਮੇਰਾ ਕਸੂਰ ਨਹੀਂ ਹੈ, ਮੈਂ ਇੰਨਾ ਸੋਹਣਾ, ਮੇਰਾ ਜ਼ਿਲ੍ਹਾ ਸੰਗਰੂਰ ਆ। ਸਾਰਿਆਂ ਦੀ ਫਿਜ਼ੀਕ ਤਾਂ ਹੈ ਨਾ ਕਰਤਾਰ ਵਰਗੀ ਨਹੀਂ, ਮੈਂ ਤਾਂ ਆਪਣੀ ਗੱਲ ਕਰਦਾ ਨਾ, ਦੂਜਿਆਂ ਦੇ ਸੰਗਰੂਰ ਵਾਲੇ ਤੋਂ ਮੈਂ ਸੰਗਰੂਰ ਨੂੰ ਰੀਪ੍ਰਜ਼ੈਂਟ ਕਰਦਾ ਸਨਾਮ ਤੋਂ, ਠੀਕ ਹੈ। ਇੱਕ ਸਾਡਾ ਇੱਕ ਹੋਰ ਬੰਦਾ ਸੀ ਸ਼ਹੀਦ ਉਧਮ ਸਿੰਘ, ਓਕੇ, ਸਾਡੇ ਸ਼ਹਿਰ ਸਨਾਮ ਤੋਂ ਸੀਗੇ, ਉਹਨੇ ਰੀਪ੍ਰਜ਼ੈਂਟ ਕੀਤਾ, ਉਹਨੂੰ ਵੀ ਤੁਸੀਂ ਕਹਿ ਸਕਦੇ ਹੋ ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ, ਹੈ ਨਾ। ਅਤੇ ਇੱਕ ਸਾਡਾ ਜਿਹੜਾ ਮਾਲਵਾ ਏਰੀਆ ਹੈਗਾ ਸਪੈਸ਼ਲੀ ਸੰਗਰੂਰ ਦਾ, ਸਾਡਾ ਹੁਣ ਹਟਿਆ ਸਾਡਾ ਬੈਕਵਰਡ ਏਰੀਆ ਦਾ ਸਰਟੀਫਿਕੇਟ ਬਣਦਾ ਸੀ, ਓਕੇ, ਮੇਰਾ ਵੀ ਬਣਿਆ ਹੋਇਆ ਜਿਹਦੇ ਆਧਾਰ ਤੇ ਮੈਨੂੰ 5% ਨੰਬਰ ਵੀ ਲੱਗਦੇ ਸੀ ਜੇ ਮੈਂ ਕਿਤੇ ਐਡਮਿਸ਼ਨ ਲੈ ਗਿਆ, ਵੀ ਬਿਲੋਂਗ ਟੂ ਬੈਕਵਰਡ ਏਰੀਆ। ਅਤੇ ਤਾਂ ਕਰਕੇ ਉੱਥੋਂ ਦੀ ਜਿਹੜੀ ਡਿਵੈਲਪਮੈਂਟ ਆ, ਇੰਨੇ ਇਨੋਸੈਂਟ ਲੋਕ, ਫੈਸ਼ਨ ਸਾਡੇ ਹੁਣ ਆਇਆ, ਠੀਕ ਹੈ। ਜਦੋਂ ਮੈਂ 2005 ਦੇ ਵਿੱਚ ਚੰਡੀਗੜ੍ਹ ਆਉਂਦਾ ਸੀ ਤਾਂ ਮੈਂ ਸੰਗਰੂਰ ਦੀ ਗੱਡੀ ਨਾ ਹਫ਼ਤੇ 10 ਦਿਨਾਂ ਬਾਅਦ ਇੱਕ ਵਾਰੀ ਵੇਖ ਲੈਂਦਾ ਸੀ, PB 13 ਨੰਬਰ, ਅਤੇ ਮੈਂ ਕਹਿੰਦਾ ਮੇਰੇ ਇਲਾਕੇ ਦੀ ਗੱਡੀ ਹੈ। ਅਤੇ ਅੱਜ ਮੇਰੇ ਇਲਾਕੇ ਦੀਆਂ ਗੱਡੀਆਂ ਥਾਂ ਥਾਂ ਘੁੰਮਦੀਆਂ, ਹੈ ਨਾ। ਅਸੀਂ ਸਾਰੇ ਪੰਜਾਬ ਤੋਂ ਲੇਟ ਵੜੇ ਹਾਂ ਚੰਡੀਗੜ੍ਹ ਦੇ ਵਿੱਚ, ਠੀਕ ਹੈ ਨਾ। ਸੋ ਇਹਦੇ 'ਚ ਵੀ ਕਹਿ ਸਕਦੇ ਹਾਂ ਅਸੀਂ ਲੇਟ ਹਾਂ, ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ, ਹੈ ਨਾ। ਅਸੀਂ ਗੱਲ ਦਿਲੋਂ ਕਰਦੇ ਹਾਂ ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ, ਹੈ ਨਾ। ਅਤੇ ਅਸੀਂ ਆਪਣੇ ਮਾਂ ਪਿਓ ਦੀ, ਆਪਣੇ ਤੋਂ ਵੱਡਿਆਂ ਦੀ, ਆਪਣੇ ਤੋਂ ਨਿੱਕਿਆਂ ਦੀ, ਠੀਕ ਹੈ ਨਾ, ਮੈਨੂੰ ਛੋਟਾ ਬੱਚਾ ਵੀ ਮਿਲ ਜੇ ਮੈਨੂੰ ਬਾਈ ਕਹਿ ਕੇ ਬੁਲਾਉਣਾ, ਵੀਰੇ ਕਹਿ ਕੇ ਬੁਲਾਉਣਾ, ਜੇ ਕੋਈ ਮੇਰੇ ਤੋਂ ਨਾਲ ਚਿੰਟੂ ਹੈ ਕਰਨਾ ਤਾਂ ਮੈਂ ਕਹਿੰਦਾ ਚਿੰਟੂ ਜੀ ਕੀ ਹਾਲ ਚਾਲ ਸਾਡੇ, ਹੈ ਨਾ।
ਉਹ ਸਾਡਾ ਕੀ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ, ਹੈ ਨਾ? ਹਾਂ, ਤੁਸੀਂ ਕਿਹਾ ਹੈ ਨਾ ਕਿ ਜਦ ਆਪਾਂ ਨਵੇਂ ਨਵੇਂ ਸ਼ਹਿਰ ਆਉਂਦੇ ਹਾਂ, ਤੁਸੀਂ ਸੰਗਰੂਰ ਬਾਰੇ ਗੱਲ ਕਰ ਰਹੇ ਹੋ, ਭੋਲੇ ਲੋਕ ਹੈ, ਹੁਣ ਜਦ ਵੈਸਟਰਨ ਕਲਚਰ ਆ ਗਿਆ ਹੈ ਨਾ ਪਿੰਡਾਂ ਵਿੱਚ ਵੀ ਆ ਗਿਆ, ਤੁਹਾਨੂੰ ਲੱਗਦਾ ਕਿ ਮਾਇੰਡ ਸੈਟ ਲੋਕਾਂ ਦਾ ਬਦਲ ਗਿਆ, ਉਹ ਹੁਣ ਥੋੜ੍ਹੇ ਸ਼ਾਰਪ ਹੋ ਗਏ ਆ, ਲਾਈਕ ਥੋੜ੍ਹਾ ਜਿਹਾ ਚਲਾਕ ਹੋਰ ਹੋ ਗਿਆ? ਦੇਖੋ ਮੈਂ ਕਹਿੰਦਾ ਹਰ ਇਨਸਾਨ ਦਾ ਚਲਾਕ ਹੋਣਾ ਜ਼ਰੂਰੀ ਹੈ, ਠੀਕ ਹੈ ਨਾ? ਜਿਸ ਟਾਈਮ ਮੈਂ ਯੂਨੀਵਰਸਿਟੀ ਪਟਿਆਲਾ ਪੜ੍ਹਨ ਆਇਆ ਸੀਗਾ, ਸਾਡੇ ਸਿਰਫ ਮੁੰਡੇ ਮੁੰਡੇ ਕਾਲਜ, ਬਹੁਤ ਘੱਟ ਕੁੜੀਆਂ ਹੁੰਦੀਆਂ ਸੀ, ਸਾਡਾ ਕੁੜੀਆਂ ਨਾਲ ਕੋਈ ਰਾਬਤਾ ਨਹੀਂ ਸੀ ਹੁੰਦਾ, ਠੀਕ ਹੈ? ਜਦੋਂ ਮੈਂ ਆਇਆ ਸਾਡੇ ਨਾਲ ਮੇਰੀਆਂ ਸੀਨੀਅਰ ਕੁੜੀਆਂ ਸੀ, ਜੂਨੀਅਰ ਸੀਗੀਆਂ, ਹੈ ਨਾ? ਅਤੇ ਮੈਂ ਜਦੋਂ ਗੱਲ ਕਰਨੀ, ਮਲਵਈ ਭਾਸ਼ਾ ਸੀ ਮੇਰੀ, ਉਹਨਾਂ ਨੇ ਕਹਿਣਾ ਹਾਏ ਤੂੰ ਕਿੰਨਾ ਸੋਹਣਾ ਬੋਲਦਾ, ਹੈ ਨਾ? ਅਤੇ ਮੈਨੂੰ ਕਹਿਣ ਸਾਰਿਆਂ ਨੇ ਕਹਿਣਾ ਕਰਤਾਰ ਸਿੰਘ ਨਾ ਕੋਈ, ਜਦੋਂ ਕਿਸੇ ਯੂਨੀਵਰਸਿਟੀ 'ਚ ਕੁੜੀ ਨੇ ਕਹਿਣਾ ਕਰਤਾਰ, ਨਾ ਹੀ ਸਭ ਤੋਂ ਮਾਡਰਨ ਕੁੜੀਆਂ ਦੇ ਮੂੰਹ ਤੋਂ ਸੁਣਨਾ, ਹੈ ਨਾ? ਅਤੇ ਉੱਥੇ ਆ ਕੇ ਮਤਲਬ ਤੁਹਾਨੂੰ ਜੋ ਆਪਣੀ ਇੰਨਰ ਹੈਗਾ ਸੰਗਰੂਰ ਤੋਂ ਬਾਅਦ ਪਤਾ ਲੱਗਦਾ ਕਿ ਨਹੀਂ, ਆ ਸਾਡੀ ਵੈਲਿਊ ਹੈਗੀ ਆ, ਸਾਨੂੰ ਲੋਕ ਪਸੰਦ ਕਰਦੇ ਆ, ਸਾਡੀ ਭਾਸ਼ਾ ਲੋਕਾਂ ਨੂੰ ਗ੍ਰਸਤ ਜੀ ਚੰਗੀ ਲੱਗਦੀ ਆ, ਸਾਡੇ ਨਾਲ ਬਹਿਣਾ ਉੱਠਣਾ ਲੋਕਾਂ ਨੂੰ ਚੰਗਾ ਲੱਗਦਾ, ਸਾਡਾ ਕੀ ਕਸੂਰ? ਸਾਡਾ ਜ਼ਿਲ੍ਹਾ ਸੰਗਰੂਰ, ਹੈ ਨਾ? ਅੱਛਾ ਇੱਕ ਮੇਰੇ ਦਿਮਾਗ 'ਚ ਗੱਲ ਸੀ, ਆਪਾਂ ਗੇਮ, ਹੈ ਨਾ, ਗੇਮ ਖੇਲਦੇ ਹਾਂ, ਪਹਿਲੇ ਬਾਅਦ 'ਚ ਪੁੱਛਾਂਗੀ ਮੈਂ, ਤੁਹਾਡੀ ਟਰਨ, ਅੱਜ ਸਿਰਫ ਤੁਹਾਡੀ ਟਰਨ ਹੈ, ਅੱਜ ਮੇਰਾ ਦਿਲ ਨਹੀਂ ਹੈ ਖੇਲਣ ਦਾ, ਸਿਰਫ ਤੁਸੀਂ ਖੇਲੋਗੇ ਅੱਜ। ਬਲੂ, ਹਾਏ ਵੇ, ਬਲੂ 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 ਬੱਲੂ ਭਾਈ, ਆਹ ਬਲੂ ਹੈ ਨਾ? ਆਪ, ਹਾਂ ਹਾਂ, ਆਹ ਬਲੂ ਹੈ, ਉਸੇ ਤਾਂ ਡਾਰਕ ਬਲੂ ਆ, ਬਿੰਦੀ ਗਲਤ ਲਾਤੀ ਇਹਨਾਂ ਨੇ, ਗਲਤ ਲਾਤੀ ਯਾਰ, ਮੈਂ ਢਾ ਦੇਣਾ ਕੁਛ ਨਾ ਕੁਛ, ਨਹੀਂ ਨਹੀਂ ਆਪਾਂ ਇਹਨੂੰ ਗਿਰ ਨਹੀਂ ਦੇਣਾ, ਸਭ ਤੋਂ ਵੱਡਾ ਟਾਸਕ ਹੈ। ਵਾਟ ਵਿਲ ਯੂ ਡੂ ਇਫ ਯੂ ਵੇਕ ਅਪ ਐਜ਼ ਸੋਨਮ ਬਾਜਵਾ, ਇੱਕ ਦਿਨ ਤੁਸੀਂ ਉੱਠਦੇ ਹੋ ਤੇ ਤੁਸੀਂ ਬਣ ਗਏ ਹੋ ਸੋਨਮ ਬਾਜਵਾ? ਮੈਂ ਘੱਟੋ ਘੱਟ 21 ਕਿਲੋਮੀਟਰ ਰਨਿੰਗ ਲਾਉਣ ਜਾਊਂਗਾ ਫਿਰ ਅੱਜ, ਪਰ ਮੈਨੂੰ ਲੱਗਦਾ ਕੋਈ ਜ਼ਿਆਦਾ ਫਰਕ ਨਹੀਂ ਹੈ ਨਾ, ਕਰਤਾਰ ਚਿਮਾ ਵੀ ਫਿੱਟ ਹੈ, ਸੋਨਮ ਵੀ ਫਿੱਟ ਹੈ। ਮੈਂ 21 ਕਿਲੋਮੀਟਰ ਵੀ ਲਾਉਣਾ, 11 ਕਿਲੋਮੀਟਰ ਵੀ ਲਾਉਣਾ, ਮਤਲਬ 21 ਦਾ ਮੇਰਾ ਡ੍ਰੀਮ ਹੈਗਾ, ਫਿਰ ਮੈਂ ਉਧਰ ਮੈਂ 21 ਕਿਲੋਮੀਟਰ ਲੈਣ ਜਾਊਂ, ਮੈਂ ਵੀ ਦੇਖਾਂ ਜੇ ਮੈਂ ਸੋਨਮ ਬਾਜਵਾ ਬਣ ਕੇ ਉੱਠਦਾ ਕਿੰਨਾ ਕੁ ਭਾਈ ਦੀ ਆ। ਅੱਛਾ ਇੱਕ ਟਵਿਸਟ ਹੈ, ਇਹ ਵਾਲਾ ਕੁਐਸਚਨ ਹੈ ਨਾ, ਤੁਸੀਂ ਐਜ਼ ਸੋਨਮ ਬਾਜਵਾ ਉੱਠ ਗਏ ਹੋ, ਤੁਸੀਂ ਕਿਸੇ ਇੱਕ ਮੁੰਡੇ ਨੂੰ ਡੇਟ ਕਰਨਾ ਹੈ ਇੰਡਸਟਰੀ ਵਿੱਚੋਂ, ਕਿੰਨੂ ਡੇਟ ਕਰੋਗੇ ਬੀਇੰਗ ਅ ਸੋਨਮ ਬਾਜਵਾ? ਮੈਂ ਤਾਂ ਫਿਰ ਕਰਤਾਰ ਚ ਹੀ ਨਹੀਂ ਹਾਂ, ਮੈਂ ਐਕਸਪੈਕਟ ਕਰ ਰਹੀ ਸੀ, ਪਤਾ ਨਹੀਂ ਤੁਸੀਂ ਦੱਸੋ ਪ੍ਰੀਪੇਅਰ ਕਰ ਦਿਓਗੇ? ਨਹੀਂ ਹਾਂ ਨਹੀਂ, ਪੇਅਰ ਬਹੁਤ ਵਧੀਆ ਹੈ, ਮੈਂ ਇਹੀ ਐਕਸਪੈਕਟ ਕਰ ਰਹੀ ਸੀ, ਦੋਨੋਂ ਲੰਬੇ ਲੰਬੇ ਫਿੱਟ ਫਿੱਟ, ਉਹ ਮੈਡਮ ਇੰਨੇ ਫਿੱਟ ਨੇ, ਹਾਂ ਅਸੀਂ ਵੀ ਫਿੱਟ ਆ, ਮੈਂ ਆਪਣੇ ਆਪ ਨੂੰ ਤਾਂ ਨਹੀਂ ਚਲੋ ਕਹਿੰਦਾ, ਇਹਨਾਂ ਇੰਡਸਟਰੀ ਜੋ ਫਿੱਟ ਦਿਖਾ ਦਿਓ, ਫਿਰ ਆਪਾਂ ਉਹਨੂੰ ਜੋੜ ਦਿੰਦੇ ਨਾਲ, ਫਿਰ ਤੁਸੀਂ ਡੇਟ ਤੇ ਵੀ ਸੈਲਡ ਖਾਓਗੇ, ਫਿਸ਼ ਵੀ ਖਾ ਸਕਦੇ ਹਾਂ, ਖਾ ਸਕਦੇ ਹਾਂ ਬਿਲਕੁਲ, ਫਿਸ਼ ਹੀ ਨਹੀਂ ਹੋਣਾ, ਫਿਸ਼ ਖਾ ਸਕਦੇ, ਫਿਸ਼ ਹੀ, ਓ ਵਾਓ। ਚਲੋ ਤੁਹਾਡੀ ਟਰਨ, ਫੇਰ ਸਵਾਲ ਬੜੇ ਪੁੱਠੇ ਪੁੱਠੇ ਆਉਂਦੇ ਆ, ਹਾਂ ਇਹਦੇ ਵਿੱਚ ਹੋਰ ਵੀ ਰਿਸਕੀ ਹੈ, ਹਜੇ ਯੈਲੋ ਹੈ, ਹਾਂ ਕੱਢ ਲਈ ਯੈਲੋ, ਯੈਲੋ ਇਫ ਟਰੈਵਲ ਵਾਸ ਫ੍ਰੀ, ਅਗਰ ਤੁਹਾਡੇ ਲਈ ਟਰੈਵਲ ਫ੍ਰੀ ਹੈ ਫੋਰ ਲਾਈਫ, ਇੰਡੀਆ ਵਿੱਚ ਹੀ ਤੁਸੀਂ ਘੁੰਮਣਾ ਹੈ, ਬਹੁਤ ਪਿਆਰ ਮਿਲਿਆ ਨਾ ਲੋਕਾਂ ਦਾ, ਤੁਸੀਂ ਹੈ ਨਾ ਉੱਚੇ ਲੰਬੇ ਫਿਜ਼ੀਕ, ਹੈ ਨਾ ਉਹਦਾ, ਬਟ ਇਨ ਰੀਅਲ ਕਦੇ ਏਦਾਂ ਹੋਇਆ ਕਿ ਕੋਈ ਫੈਨ ਆ ਕੇ ਡਰ ਗਿਆ? ਮਤਲਬ ਕਿਤੇ ਮਿਲ ਜਾਣ ਸਹੀ, ਮੈਂ ਕੈਨੇਡਾ ਸਪਾ ਚ ਬੈਠਾ ਸੀਗਾ ਕਿਸੇ ਜਿਮ ਦੇ, ਕਹਿੰਦੇ ਬਾਈ ਜੀ ਮਤਲਬ ਤੁਸੀਂ ਤਾਂ ਡ੍ਰੀਮ ਹੋ, ਹਨਾ, ਉਹ
ਉਸ ਤਰੀਕੇ ਨਾਲ ਸੋਚਦੇ ਆ ਦੇ ਵਾਂਟ ਟੂ ਬੀ ਲਾਈਕ ਮੀ ਕੇ ਨਾ ਤੇ ਮੇਰੇ ਲਈ ਬਹੁਤ ਵੱਡੀ ਗੱਲ ਆ ਕਿ ਯਾਰ ਫਿਟਨੈਸ ਚ ਆਉਣਾ ਚਾਹੁੰਦੇ ਆ ਉਹ ਸੋਹਣਾ ਸਰੀਰ ਬਣਾਉਣਾ ਚਾਹੁੰਦੇ ਆ ਸੋਹਣਾ ਦੇਖਣਾ ਚਾਹੁੰਦੇ ਆ ਕਿਰਦਾਰ ਜੀ ਹੈ ਨਾ ਆਪਾਂ ਗੱਲ ਕਰ ਰਹੇ ਹਾਂ ਲਾਈਕ ਤੁਸੀਂ ਜਦ ਆਪਣਾ ਸਟਾਰਟ ਕੀਤਾ ਹੋਣਾ ਹੈ ਨਾ ਆਫ ਕੋਰਸ ਯੂ ਹੈਵ ਅ ਗੋਲ ਐਂਡ ਤੁਹਾਡਾ ਕੋਈ ਹੈ ਨਾ ਇੱਕ ਮੈਂਟਰ ਰਿਹਾ ਹੋਣਾ ਐਂਡ ਹਾਊ ਇਟ ਫੀਲਸ ਜਦ ਲੋਕੀ ਤੁਹਾਨੂੰ ਅਡੋਰ ਕਰਦੇ ਆ ਲਾਈਕ ਤੁਹਾਨੂੰ ਆ ਕੇ ਕਹਿੰਦੇ ਕਿ ਮੈਂ ਤੁਹਾਡੇ ਵਰਗਾ ਬੰਦਾ ਉਹ ਫੀਲਿੰਗ ਤੁਸੀਂ ਉਸ ਟਾਈਮ ਕੀ ਫੀਲ ਕਰਦੇ ਹੋ ਫੀਲ ਕਰਨਾ ਚਾਹੁੰਦਾ ਮੈਂ ਬਹੁਤ ਕੁਛ ਹੈ ਨਾ ਪਰ ਮੈਂ ਉਹ ਫੀਲਿੰਗ ਨੂੰ ਸਿਰ ਤੇ ਨਹੀਂ ਚੜਾਉਣਾ ਚਾਹੁੰਦਾ ਓਕੇ ਠੀਕ ਹੈ ਤੇ ਮੈਂ ਬਾਬੇ ਨਾਨਕ ਅੱਗੇ ਹੱਥ ਜੋੜ ਦਿੰਦਾ ਮੈਂ ਤੇਰਾ ਸ਼ੁਕਰ ਆ ਉਸ ਰੱਬ ਅੱਗੇ ਜੋੜ ਦੀਦਾ ਵੀ ਤੇਰਾ ਸ਼ੁਕਰ ਆ ਚਾਹੇ ਕਈ ਵਾਰ ਕਿਸੇ ਨੂੰ ਮਾੜੇ ਬੋਲ ਵੀ ਬੋਲੇ ਜਾਂਦੇ ਆ ਐਵੇਂ ਨਹੀਂ ਮੈਂ ਕੋਈ ਦੁੱਧ ਦਾ ਧੋਤਾ ਨਹੀਂ ਆ ਮੈਂ ਕੋਈ ਕੰਪਿਊਟਰ ਨਹੀਂ ਆ ਕਿ ਜੋ ਮੇਰੇ 'ਚ ਫੀਡ ਕਰਤਾ ਮੇਰੇ ਮੂੰਹ 'ਚੋਂ ਉਹੀ ਨਿਕਲੇ ਮੈਂ ਇੱਕ ਇਨਸਾਨ ਹਾਂ ਅਤੇ ਤੁਹਾਡੇ ਵਰਗਾ ਐਗਜੈਕਟਲੀ ਠੀਕ ਹੈ ਨਾ ਤੁਸੀਂ 1000 ਗਲਤੀਆਂ ਕਰਦੇ ਹੋਗੇ ਮੈਂ 1001 ਵੀ ਕਰ ਸਕਦਾ ਠੀਕ ਹੈ ਨਾ ਪਰ ਉਹਨੂੰ ਸਿਰ 'ਤੇ ਨਹੀਂ ਚੜ੍ਹਨ ਦਿੰਦਾ ਚੀਜ਼ ਨੂੰ ਅਤੇ ਨਾ ਹੀ ਚੜ੍ਹੇ ਉਸ ਵਾਹਿਗੁਰੂ ਤੋਂ ਹੀ ਮੰਗਦਾ ਆਪਾਂ ਇਹਨੂੰ ਭੁੱਲ ਜਾਣਾ ਮੇਰੇ ਕੋਲ ਤਾਂ ਬਹੁਤ ਸਵਾਲ ਹੈ ਪਤਾ ਹੈ ਇਹ ਹੈ ਗ੍ਰੀਨ ਗ੍ਰੀਨ ਹਰਾ ਰੰਗ ਕਿਸਨੇ ਡਾਲਾ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਨਹੀਂ ਕਰ ਸਕਦਾ ਅੱਛਾ ਬੜਾ ਪਿਆਰਾ ਕੁਐਸਚਨ ਹੈ ਕਿ ਅੱਜ ਤੱਕ ਦਾ ਤੁਹਾਡਾ ਸਭ ਤੋਂ ਮੋਸਟ ਡਿਫਿਕਲਟ ਰੋਲ ਕਿਹੜਾ ਸੀ ਲਾਈਕ ਜਿਹਨੂੰ ਹੈ ਨਾ ਤੁਹਾਨੂੰ ਲੱਗਿਆ ਥੋੜ੍ਹਾ ਜਿਹਾ ਮੇਰਾ ਅੱਜ ਤੱਕ ਦਾ ਸਭ ਤੋਂ ਡਿਫਿਕਲਟ ਰੋਲ ਹੈ ਜੋ ਮੈਂ ਆਮ ਜ਼ਿੰਦਗੀ 'ਚ ਨਿਭਾਉਂਦਾ ਓ ਜਦੋਂ ਮੈਨੂੰ ਜਾ ਕੇ ਕਿਸੇ ਦਾ ਭਰਾ ਬਣਨਾ ਪੈਂਦਾ ਜਦੋਂ ਕਿਸੇ ਦਾ ਪੁੱਤ ਬਣਨਾ ਪੈਂਦਾ ਜੋ ਵੀ ਰਿਸ਼ਤੇ ਨਿਭਾਉਂਦੇ ਨੇ ਕਿਉਂਕਿ ਜਿਹੜਾ ਐਕਟਰ ਦਾ ਟੈਗ ਹੁੰਦਾ ਨਾ ਹੁੰਦਾ ਤਾਂ ਮਾੜਾ ਹੀ ਆ ਅਗਲਾ ਕਹਿੰਦਾ ਯਾਰ ਬੜੀ ਚੰਗੀ ਐਕਟਿੰਗ ਕਰਕੇ ਆਇਆ ਬਾਈ ਉੱਥੇ ਫਲਾਣੇ ਦੀ ਮਾਤਾ ਨੂੰ ਤਾਂ ਆਪਣਾ ਹੀ ਸਮਝੀ ਬੈਠਾ ਸੀ ਉਹਨੂੰ ਕੀ ਦੱਸਾਂ ਵੀ ਮੈਨੂੰ ਇਮੋਸ਼ਨ ਜਾ ਕੇ ਮੈਨੂੰ ਉਹ 'ਚੋਂ ਮੇਰੀ ਮਾਤਾ ਦਿਸ ਪਈ ਅਤੇ ਮੈਂ ਜੱਫੀ ਪਾ ਲਈ ਹੈ ਨਾ ਕੱਲ੍ਹ ਇੱਥੇ ਚਾਹ ਪੀਂਦੇ ਸੀ ਅਸੀਂ ਹੈ ਨਾ ਅਤੇ ਇੱਕ ਫੀਮੇਲ ਆਰਟਿਸਟ ਖੜ੍ਹੇ ਸੀ ਨਾਲ ਉਹਦੇ ਇੱਕ ਕੰਮ ਵਾਲੀ ਆਈ ਉੱਥੇ ਮੰਗਣ ਵਾਲੀ ਆਈ ਉਹਦਾ ਚਿਹਰਾ ਇੰਨਾ ਕਿ ਇਨੋਸੈਂਟ ਸੀ ਨਾ ਹੈ ਤਾਂ ਉਹ ਵੀ ਇਨਸਾਨ ਹੀ ਆ ਨਹੀਂ ਨਹਾਤੇ ਧੋਤੇ ਤਾਂ ਵੱਖਰੀ ਗੱਲ ਆ ਅਗਲੇ ਤਾਂ ਬਿਜ਼ਨਸ ਆ ਨਹਾਤੇ ਧੋਤੇ ਨਾਲ ਪੈਸੇ ਨਹੀਂ ਮਿਲਦੇ ਅਤੇ ਮੈਂ ਉਹਨੂੰ ਚਾਹ ਫੜਾਈ ਹੈ ਨਾ ਚਾਹ ਆਪ ਕੱਪ 'ਚ ਧਰ ਕੇ ਦਿੱਤੀ ਜਾਂ ਹੋਰ ਹੈ ਨਾ ਅਤੇ ਬੜੇ ਤਰੀਕੇ ਦੇ ਨਾਲ ਉਹਨੂੰ ਹੱਕ ਕਰਕੇ ਮੈਂ ਕਿਹਾ ਉੱਥੇ ਬਹਿ ਕੇ ਪੀ ਲਾ ਹੈ ਨਾ ਫਿਰ ਕਹਿੰਦੀ ਗੁਬਾਰੇ ਖਰੀਦ ਲਾ ਹੈ ਨਾ ਮੈਂ ਕਿਹਾ ਯਾਰ ਉਹਨੂੰ ਦੂਰ ਕਰਨ ਦੇ ਮਾਰੇ ਮੈਂ ਕਿਹਾ ਯਾਰ ਗੁਬਾਰਾ ਦੂੰਗਾ ਘਰ ਵਾਲੀ ਆ ਮੇਰੀ ਅੱਛਾ ਅੱਛਾ ਵਾਈਫ ਹੈ ਫਿਰ ਤੂੰ ਗੁਬਾਰਾ ਦੇਣ ਦੀ ਜ਼ਰੂਰਤ ਨਹੀਂ ਹੈ ਕਹਿੰਦੀ ਚਲੇ ਗਈ ਹੈ ਨਾ ਉਹ ਐਦਾਂ ਕਿਉਂ ਉਹਨੇ ਹਾਂ ਚਲੋ ਇੱਕ ਬਣੀ ਹੋਈ ਹੈ ਨਾ ਉਹਦੇ ਵਿੱਚ ਮੈਨੂੰ ਕੋਈ ਦਿਸਿਆ ਤੇ ਮੈਂ ਜੱਫੀ ਪਾ ਲਈ ਹੈ ਨਾ ਡਜ਼ ਨਾਟ ਮੈਟਰ ਮੇਰੀ ਵਾਈਟ ਕਮੀਜ਼ ਪਾਈ ਹੈ ਉਹ ਨਾਲ ਦੇ ਕਹਿੰਦੇ ਬਈ ਸੰਗ ਕਰਿਆ ਕਰ ਕੁਛ ਮੈਂ ਘਰ ਤੁਸੀਂ ਵੀ ਸੰਗ ਕਰ ਲਿਆ ਕਰੋ ਕੁਛ ਨਾ ਇਮੋਸ਼ਨਸ ਜੱਜ ਕਰਨ ਦੀ ਰਹਿੰਦੇ ਹੋ ਤੁਸੀਂ ਹਮੇਸ਼ਾ ਹੈ ਨਾ ਵੀ ਉਹੀ ਗੱਲ ਆ ਵੀ ਕੰਪਿਊਟਰ ਨਹੀਂ ਆ ਇਨਸਾਨ ਐਗਜੈਕਟਲੀ ਦਿਸ ਇਜ਼ ਵਾਟ ਯੂ ਅਰਨ ਹੈ ਨਾ ਤੁਸੀਂ ਇਹ ਚੀਜ਼ਾਂ ਅਰਨ ਕਰਦੇ ਹੋ ਰਿਸ਼ਤੇ ਅੱਛਾ ਕਰਤਾਰ ਤੁਸੀਂ ਸਿਨੇਮਾ 'ਚ ਹੈ ਨਾ ਕਰਦੇ ਹੋ ਹੈ ਨਾ ਬਟ ਹੈ ਨਾ ਤੁਸੀਂ ਲੱਗਦੇ ਉੱਦਾਂ ਦੇਖਦੇ ਹੋ ਅਗੇਨ ਆਈ ਐਮ ਸੇਇੰਗ ਪੰਜਾਬੀ ਸਿਨੇਮਾ ਓ ਟੀ ਟੀ 'ਤੇ ਹਜੇ ਉਨਾ ਨਹੀਂ ਆਇਆ ਲਾਈਕ ਜਿੰਨਾ ਬਾਕੀ ਸਾਰੇ ਆ ਚੁੱਕੇ ਆ ਹਿੰਦੀ ਸਿਨੇਮਾ ਕੀ ਡਰੋਪ ਮਤਲਬ ਕਿਹੜੀ ਚੀਜ਼ਾਂ ਹੋ ਸਕਦੀਆਂ ਕਿ ਹਜੇ ਤੱਕ ਨਹੀਂ ਆਇਆ ਇੰਨਾ ਨਾ ਪੰਜਾਬੀ ਸਿਨੇਮਾ ਉਸ ਪੀਕ 'ਤੇ ਵੀ ਨਹੀਂ ਆਇਆ ਹੈ ਨਾ ਕੁਛ ਕੁ ਫਿਲਮਾਂ ਨੇ ਸਾਡੀਆਂ ਐਕਸ਼ਨ ਫਿਲਮਾਂ ਨੇ ਜੋ ਡੱਬ ਹੋ ਗਈ ਹਿੰਦੀ 'ਤੇ ਚੱਲਦੀਆਂ ਐਗਜੈਕਟਲੀ ਠੀਕ ਹੈ ਕਾਮੇਡੀ ਜੋ ਹੈ ਕਾਮੇਡੀ ਦੀ ਇੱਕ ਆਪਣੀ ਲੈਂਗੁਏਜ ਆ ਉਹ ਹਿੰਦੀ ਵਾਲੇ ਪੰਜਾਬੀ ਕਾਮੇਡੀ ਨਹੀਂ ਸਮਝਣਗੇ ਪੰਜਾਬੀ ਹਰ ਇੱਕ ਦੇ ਚੁਟਕਲੇ ਵੱਖਰੇ ਹੁੰਦੇ ਆ ਅਤੇ ਮੈਨੂੰ ਲੱਗਦਾ ਓ ਟੀ ਟੀ ਵੀ ਉਦੋਂ ਹੀ ਜ਼ਿਆਦਾ ਆਊਗਾ ਜਦੋਂ ਅਸੀਂ ਮੋਸਟਲੀ ਪ੍ਰੋਪਰ ਸਿਨੇਮਾ ਬਣਾਉਣ ਲੱਗ ਜਾਂਗੇ ਸਾਊਥ ਵਾਂਗੂ ਸਾਡੇ ਤੋਂ ਵੀ ਹਿੰਦੀ ਵਾਲੇ ਕੁਛ ਰਾਈਟਸ ਮੰਗਣ ਲੱਗ ਜਾਣਗੇ ਉਹਦੇ ਲਈ ਸਾਨੂੰ ਅਜੇ ਐਫਰਟ ਕਰਨੇ ਪੈਣੇ ਆ ਕੀ ਲੈਕ ਕਰ ਰਿਹਾ ਲਾਈਕ ਲੈਕ ਤਾਂ ਕਨਸੈਪਟ ਹੀ ਕਰਦੇ ਪਏ ਆ ਠੀਕ ਹੈ ਨਾ ਅਸੀਂ ਬੜਾ ਸਿਕਿਓਰ ਹੋ ਕੇ ਖੇਡਣਾ ਚਾਹੁੰਦੇ ਹਾਂ ਪਰ ਸਿਕਿਉਰਟੀ ਹੈ ਕਿ ਨਹੀਂ ਹੈ ਉਹ ਹੀ ਜਾਣਦੇ ਰਿਸਕ ਬੇਅਰਰ ਨਹੀਂ ਹੈ ਰਿਸਕ ਬੇਅਰ ਹੈ ਨਾ ਹੁਣ ਮਤਲਬ ਜੋ ਇੱਕ ਪ੍ਰੋਪਰ ਸਿਨੇਮਾ ਉਹ ਕੈਨਵਸ ਤੇ ਜਦੋਂ ਉਤਰੂਗਾ ਉਹ ਸਾਊਥ ਤੇ ਹਿੰਦੀ ਸਿਨੇਮੇ ਨਾਲੋਂ ਬੈਟਰ ਉਤਰੂਗਾ ਓਕੇ
ਕਿਉਂਕਿ ਉਹ ਉਹ ਜਿਹੜਾ ਕੈਨਵਸ ਜਦੋਂ ਹਿੰਦੀ ਸਿਨੇਮੇ ਦਾ ਸੀਗਾ ਜਾਂ ਸਾਊਥ ਦਾ ਸੀ, ਉਹ ਕ੍ਰੋਸ ਕਰ ਚੁੱਕਿਆ, ਬਹੁਤ ਟੈਕਨੀਕਲ ਹੋ ਗਿਆ ਉਹ, ਹਨਾ, ਐਕਸ਼ਨ ਐਨੀਮੇਸ਼ਨ ਇਹਨਾਂ ਚੀਜ਼ਾਂ ਦੇ ਵਿੱਚ ਹੈਗਾ। ਪੰਜਾਬ 'ਚ ਹਜੇ ਇੱਕੋ ਹੀ ਇਮੋਸ਼ਨ ਰਿਲੀਜ਼ ਹੋਇਆ, ਉਹ ਕਾਮੇਡੀ। ਕਾਮੇਡੀ ਹਜੇ ਜਿੰਨੇ ਵੀ ਰਸ ਨੇ, 8-9 ਜਿੰਨੇ ਵੀ ਆਪਣੇ ਹੈਗੇ ਨੇ, ਉਹ ਰਸ ਹਜੇ ਵਾਰੋ ਵਾਰੀ ਆਉਣੇ ਬਾਕੀ ਨੇ। ਜਿੱਦਣ ਉਹ ਕੰਪੈਕਟ ਕਰਕੇ ਅਸੀਂ ਫਿਲਮਾਂ 'ਚ ਪਾਉਣ ਲੱਗ ਗਏ ਨਾ, ਉਸ ਦਿਨ ਹਿੰਦੀ ਦੇ ਵਿੱਚ ਵੀ ਸਾਡੀਆਂ ਹੀ ਫਿਲਮਾਂ ਚੱਲਣਗੀਆਂ, ਮੈਨੂੰ ਲੱਗਦਾ ਨਹੀਂ ਬਾਹਲੀ ਦੂਰ ਨੇ। ਗਾਣੇ ਤਾਂ ਦੇਖੋ, ਹੈ ਨਾ, ਜਾ ਹੀ ਰਹੇ ਹੈ ਸਾਰੇ, ਅਗਰ ਆਪਾਂ ਗੱਲ ਕਰਦੇ ਹਾਂ ਬਾਲੀਵੁੱਡ ਨੂੰ, ਹੈ ਨਾ। ਬੀਇੰਗ ਐਨ ਐਕਟਰ, ਇਹ ਇਮੋਸ਼ਨਸ ਨਾਲ ਖੇਡਣਾ ਕਿੰਨਾ ਡਿਫਿਕਲਟ ਹੈ, ਲਾਈਕ ਇਨ ਟਰਮਸ ਆਫ ਐਕਟਿੰਗ। ਜੇ ਤੁਸੀਂ ਆਪਣੇ ਕੰਮ ਲਈ ਓਨੈਸਟ ਹੋ ਤੇ ਇਮਾਨਦਾਰੀ ਨਾਲ ਕਰਦੇ ਹੋ, ਐਕਟਿੰਗ ਕੋਈ ਔਖੀ ਨਹੀਂ। ਓਕੇ, ਜੇ ਉਹ ਤੁਹਾਡੇ ਇੱਥੇ ਚੱਲਦਾ ਨਾ, ਉਹ ਤੁਹਾਡੇ ਚਿਹਰੇ 'ਤੇ ਆਉਂਦਾ ਹੀ ਆਉਂਦਾ, ਠੀਕ ਹੈ ਨਾ, ਰੀਲ ਇੱਥੇ ਪਾਓ। ਬਟ ਬਹੁਤ ਲੋਕ, ਹੈ ਨਾ, ਥੀਏਟਰ ਜੁਆਇਨ ਕਰਦੇ ਆ, ਕਲਾਸਿਸ ਜੁਆਇਨ ਕਰਦੇ ਆ, ਬਟ ਦੈਟ ਇਜ਼ ਟੈਕਨੀਕਲ ਥਿੰਗਸ ਪਾਉਂਦੇ, ਉਹ ਉਹ ਵੱਖਰੀ ਨੇ, ਉਹ ਵੱਖਰੀਆਂ ਚੀਜ਼ਾਂ ਨੇ, ਉਹ ਕੈਮਰੇ ਨੂੰ ਕਿਵੇਂ ਫੇਸ ਕਰਨਾ ਹੋ ਰਿਹਾ। ਮੈਂ ਕੱਲੀ ਐਕਟਿੰਗ ਦੀ ਗੱਲ ਕਰਦਾ, ਆਪਾਂ ਫੇਸ ਵੇਖ ਕੇ ਕਹਿ ਦਿੰਦੇ ਯਾਰ ਮੈਨੇ ਦੇਖਾ ਹੈ, ਉਹ ਆਦਮੀ ਅੱਛਾ ਨਹੀਂ, ਠੀਕ ਹੈ ਨਾ। ਵਟ ਯੂ ਹੈਵ ਲਰਨਡ ਅਦਰ ਦੈਨ ਐਕਟਿੰਗ, ਐਕਟਿੰਗ ਤੋਂ ਇਲਾਵਾ ਐਜ਼ ਅ ਹਿਊਮਨ ਤੁਸੀਂ ਕੀ ਕੁਛ ਸਿੱਖਿਆ? ਐਕਟਿੰਗ ਸਿੱਖਣਾ ਕਰਨਾ ਵੱਖਰੀ ਗੱਲ ਆ, ਤਾਂ ਪਹਿਲੇ ਦਿਨ ਅਸੀਂ ਐਮ ਏ ਥੀਏਟਰ 'ਚ ਸਿਖਾਉਣੇ ਸ਼ੁਰੂ ਕਰਤੇ ਸਨ। ਸੁੱਖਿਆ ਤਾਂ ਦੁਨੀਆ 'ਚ ਵਿਚਰਨਾ ਹੀ ਆ, ਇਹਦੇ ਤੋਂ ਬਚ ਕੇ ਕਿਵੇਂ ਲੰਘਣਾ, ਉਹਨੂੰ ਪਿਆਰ ਕਿਵੇਂ ਕਰਨਾ, ਉਹਦੇ ਨਾਲ ਪਿਆਰ ਕਰਾਂਗੇ ਤਾਂ ਉਹ ਮੈਨੂੰ ਕੰਮ ਕਿਵੇਂ ਦਊਗਾ, ਜੇ ਮੈਂ ਉਹਦੇ ਨਾਲ ਵਰਤੂੰਗਾ ਤਾਂ ਉਹ ਕਿਵੇਂ ਵਰਤੂੰਗਾ। ਹਜੇ ਤੱਕ ਨਹੀਂ ਆਇਆ, ਜਦੋਂ ਤੱਕ ਕਬਰਾਂ 'ਚ ਨਹੀਂ ਜਾਂਦੇ ਮੈਨੂੰ ਤਾਂ ਦੁਨੀਆ 'ਚ ਲੰਘਣਾ ਹੀ ਨਹੀਂ ਹੁੰਦਾ। ਓਕੇ, ਇਹੀ ਸਿੱਖਦੇ ਪਏ ਆਪਾਂ, ਗੇਮ ਭੁੱਲ ਜਾਂਦੇ ਹਾਂ, ਮੇਰੇ ਕੋਲ ਅੱਜ ਗੱਲਾਂ ਹੀ ਬਹੁਤ ਹੈ, ਬਚਾਵਾਂ ਹੋ, ਮੇਰਾ ਗਲਾ ਵੀ ਨਹੀਂ ਚੱਲ ਰਿਹਾ। ਗ੍ਰੀਨ ਜੜਾ ਪੱਟੀਏ? ਨਹੀਂ ਨਹੀਂ ਨਹੀਂ, ਆਪਾਂ ਰਿਸਕੀ ਨਹੀਂ ਬਣਾਉਣਾ, ਪਰ ਆਪਾਂ ਇਹਨੂੰ ਕੱਢ ਸਕਦੇ ਹਾਂ, ਦਿਸ ਇਜ਼ ਸੇਫ। ਓਕੇ, ਵੀਅਰਡੈਸਟ ਥਿੰਗ ਯੂ ਕੀਪ ਨੀਅਰ ਯੋਰ ਬੈੱਡ ਵਾਈਲ ਸਲੀਪਿੰਗ, ਸੌਣ ਦੇ ਵਕਤ ਤੁਸੀਂ ਕੋਈ ਵੀਅਰਡ ਚੀਜ਼ ਰੱਖਦੇ ਹੋ ਆਪਣੇ ਕੋਲ? ਸੁਪਨੇ। ਓ, ਤੁਸੀਂ ਬੜੇ ਡਰਾਮੈਟਿਕ ਆਨਸਰ ਦੇ ਰਹੇ ਹੋ, ਸੁਪਨੇ ਨਹੀਂ। ਵੈਸੇ ਕੀ ਰੱਖ ਸਕਦੇ ਹੋ ਹੋਰ? ਕੋਈ ਤਾਂ ਵੀਅਰਡ ਚੀਜ਼ ਰੱਖੋ। ਵੀਅਰਡ ਚੀਜ਼ ਮੋਬਾਈਲ ਹੈ, ਉਹਨੂੰ ਮੈਂ ਦੂਰ ਰੱਖਦਾ। ਵੀਅਰਡ, ਠੀਕ ਹੈ, ਸਮਝ ਗਈ ਮੈਂ। ਉਹ ਦੂਜੇ ਸਰਾਣਾ ਰੱਖੋਗੇ ਵੀਅਰਡ ਨਹੀਂ ਹੈਗਾ, ਠੀਕ ਹੈ, ਤੁਸੀਂ ਬਾਹ ਸਰਾਣੇ ਰੱਖੋਗੇ ਵੀਅਰਡ ਨਹੀਂ ਹੈਗਾ, ਪਾਣੀ ਸਰਾਣੇ ਰੱਖ ਕੇ ਸੌਂਗੇ, ਆਪਾਂ ਸੁਪਨੇ ਰੱਖ ਲੈਣੇ, ਕਿਤਾਬ ਸਰਾਣੇ ਰੱਖ ਕੇ ਤੁਸੀਂ ਰਹੋਗੇ, ਵੀਅਰਡ ਨਹੀਂ ਹੈ। ਹੁਣ ਮੈਂ ਕੈਕਟਸ ਤਾਂ ਲਾ ਕੇ ਨਹੀਂ ਸੌਂਦਾ, ਠੀਕ ਹੈ, ਸਰਾਣੇ ਨਹੀਂ ਰੱਖਦੇ। ਉਹ ਸੰਦਾ ਵੈਸੇ ਜ਼ਿੰਦਗੀ ਬੜੀ ਛੋਟੀ ਹੈ, ਇੰਜੋਏ ਕਰ ਲਈਏ, ਪ੍ਰੂਵ ਕਰ ਜੇ ਲੰਘ ਜਾਣੀਆਂ ਨੇ। ਅੱਛਾ, ਤੁਹਾਨੂੰ ਇਦਾਂ ਫੀਲ ਹੁੰਦਾ ਹੈ ਕਿ ਇਹ ਐਕਸ਼ਨ ਮੂਵੀਜ਼ ਤਾਂ ਮੇਰੀ ਚੁਟਕੀਆਂ ਦਾ ਖੇਲ ਹੈ ਹੁਣ? ਨਹੀਂ, ਬਿਲਕੁਲ ਸਾਨੂੰ ਲੱਗਦਾ, ਬਟ ਕਿਉਂ ਨਹੀਂ ਲੱਗਦਾ? ਅਗਲਾ ਅੱਛਾ ਐਕਸ਼ਨ ਲਾ ਦੇਣਾ, ਦੇਖ ਕੇ ਦੱਲੇ ਧੂਆਂ ਨਿਕਲ ਰਿਹਾ ਹੁੰਦਾ ਪੈਰਾਂ 'ਚੋਂ, ਲੱਗਦਾ ਹੈ ਨਹੀਂ ਨਹੀਂ ਕਦੀ ਇਦਾਂ ਕੋਈ ਸਟੰਟ ਦੇਖ ਕੇ ਜਾਂ ਕੁਛ ਇਦਾਂ ਡਰ ਲੱਗਿਆ? ਮੈਂ ਕਿੰਨਾ ਵੀ ਕੰਮ ਕੀਤਾ, ਥੋੜ੍ਹਾ ਪਰ ਕੀਤਾ, ਘੱਟ ਕੀਤਾ, ਚਾਹੇ ਇੰਟਰਵਿਊ ਆ, ਮੈਂ ਹਰ ਕੰਮ ਨੂੰ ਆਪਣਾ ਆਖਰੀ ਕੰਮ ਸਮਝ ਕੇ ਕਰਦਾ ਭਾਈ, ਕਿਉਂਕਿ ਇੰਨਾ ਵਧੀਆ ਕਰੋ, ਇੰਨੇ ਤਰੀਕੇ ਨਾਲ ਕਰੋ, ਤੁਹਾਨੂੰ ਲੱਗੇ ਕਿ ਯਾਰ ਇਹ ਮੇਰਾ ਆਖਰੀ ਹੈ ਤੇ ਮੈਂ ਮਿਹਨਤ ਕਰ ਲਾਂ। ਅੱਛਾ, ਹੁਣ ਆਪਾਂ ਨਾ ਕਰਤਾਰ ਨਾਲ ਇੱਕ ਹੋਰ ਗੇਮ ਖੇਡਣੀ ਹੈ ਜਿਹਦਾ ਨਾਮ ਹੈ ਹੂ ਇਜ਼ ਇਟ ਫਰੋਮ ਇੰਡਸਟਰੀ। ਮੈਂ ਕੁਛ ਵਰਡਸ ਬੋਲੂੰਗੀ, ਤੁਸੀਂ ਦੱਸਣਾ ਇੰਡਸਟਰੀ ਵਿੱਚੋਂ ਕੌਣ ਹੈ, ਐਂਡ ਤੁਸੀਂ ਨਹੀਂ ਉਹਦਾ ਆਨਸਰ, ਤੁਸੀਂ ਆਪਣਾ ਨਾਮ ਨਹੀਂ ਲੈਣਾ, ਠੀਕ ਹੈ? ਸੋ ਫਰਸਟ ਇਜ਼ ਫਿਟੈਸਟ, ਫਿਟਰ ਦਲਜੀਤ ਭਾਈ ਵੀ ਫਿੱਟ ਆ। ਓਕੇ, ਬਾਡੀ ਬਿਲਡਰ, ਬਾਵਾ
ਬਾਡੀ ਬਿਲਡਰ ਅੱਛਾ ਠੀਕ ਹੈ ਦੂਜੇ ਪਾਸੇ ਲਾ ਲਓ ਠੀਕ ਹੈ ਟਾਕਟਿਵ ਸਭ ਤੋਂ ਜ਼ਿਆਦਾ ਕੌਣ ਬੋਲਦਾ ਐਮੀ ਵਰਕ ਭਾਈ ਓਕੇ ਲੇਜ਼ੀ ਲੇਜ਼ੀ ਜਿਹੜਾ ਹੁੰਦਾ ਉਹ ਤਾਂ ਨਾ ਹੀ ਨਹੀਂ ਬਣਦਾ ਯਾਰ ਮੈਂ ਸਮਝਿਆ ਕਿਵੇਂ ਲੇਜ਼ੀ ਕਹਿ ਦਈਏ ਓਕੇ ਹੌਟ ਹੁਣ ਤੁਸੀਂ ਕਿਹਾ ਮੈਂ ਆਪਣਾ ਨਾਂ ਨਹੀਂ ਲੈਣਾ ਹਾਂ ਹੈ ਨਾ ਬਟ ਇਹਦੇ 'ਚ ਆਪਾਂ ਕੁੜੀ ਦਾ ਨਾਮ ਲੈਣਾ ਕੋਈ ਹੌਟ ਮੈਨੂੰ ਵੀ ਤਾਂ ਲੱਗਣੀਆਂ ਚਾਹੀਦੀਆਂ ਪੰਜਾਬੀ ਯੂਨੀਵਰਸਿਟੀ ਜਦੋਂ ਗਾਉਂਦਾ ਮੈਂ ਭੰਗੜਾ ਬਹੁਤ ਵਧੀਆ ਕਰਦਾ ਸੀ ਪਿੱਛੋਂ ਕਾਲਜ ਵੀ ਵਾਸ ਲਾਈਕ ਆਲਮੋਸਟ ਟਾਈਪ ਆਫ ਗੋਲਡ ਮੈਡਲਿਸਟ ਵੈਰੀ ਗੁੱਡ ਭੰਗੜਾ ਚੀਜ਼ ਯੂ ਕੈਨ ਸੇ ਜਦੋਂ ਮੈਂ ਪੰਜਾਬੀ ਇੰਡਸਟਰੀ 'ਚ ਐਂਟਰ ਹੋਇਆ ਉਦੋਂ ਐਕਸ਼ਨ ਗਾਣੇ ਗੁਣੇ ਜਿਹੇ ਬਣਨੇ ਸ਼ੁਰੂ ਹੋਏ ਸੀਗੇ ਸਾਰਾ ਮਿਊਜ਼ਿਕ ਦਾ ਰੋਲ ਹੈ ਜੀ ਅਤੇ ਮੇਰੇ ਹੱਥ 'ਚ ਗੜਾਸੇ ਫੜਾਤੇ ਹੁਣ ਸਨ ਓਕੇ ਆਪਾਂ ਪੂਰੇ ਖੁਸ਼ ਵੀ ਟੀਵੀ 'ਤੇ ਰੋਲ ਮਿਲਣ ਲੱਗ ਗਿਆ ਕੈਨ ਯੂ ਇਮੈਜਿਨ ਜਦੋਂ ਮੈਨੂੰ ਰਿਲਾਈਜ਼ ਹੋਇਆ 3-4 ਸਾਲ ਬਾਅਦ ਅਤੇ ਡਾਇਰੈਕਟਰ ਕਿਹਾ ਕਰਨ ਨਹੀਂ ਹੁਣ ਤਾਂ ਨੱਚਣਾ ਨਹੀਂ ਆਉਂਦਾ ਯਾਰ ਗਾਣਾ ਦੂਜੇ ਨੂੰ ਦੇ ਦਿਓ ਫਲਾਣੇ ਮਾਡਲ ਨੂੰ ਦੇ ਦਿਓ ਮੈਂ ਸਿਰਫ ਗੜਾਸੇ ਵਾਲੇ ਦਿਨ ਮੈਨੂੰ ਅਸੀਂ ਨੱਚਣਾ ਹੀ ਭੁਲਾਤਾ ਇਹ ਹੁੰਦਾ ਇੱਕ ਤਰ੍ਹਾਂ ਦੇ ਗਾਣੇ ਮਿਲਣਾ ਫਿਰ ਮੈਂ ਸੋਚ ਰਿਹਾ ਵੀ ਜਿੰਨੇ ਦੇਰ ਪੈਸੇ ਆਉਂਦੇ ਨੇ ਗੜਾਸਾ ਫੜਨ 'ਚ ਵੀ ਕੀ ਹਰਜ ਹੁਣ ਜਾਂਦੇ ਜਾਂਦੇ ਨਾ ਆਪਣੀ ਡਾਇਟ ਦੱਸ ਜੋ ਪਲੀਜ਼ ਡਾਇਟ ਅੱਜ ਕੱਲ੍ਹ ਆਂਡੇ ਸਭ ਤੋਂ ਫੋਲੋ ਕਰਨੀ ਹੈ ਆਂਡੇ ਸਭ ਤੋਂ ਵਧੀਆ ਚਿਕਨ ਵਾਲਾ ਵਧੀਆ ਮਾਰਕੀਟ 'ਚ ਆ ਨਹੀਂ ਰਿਹਾ ਫਿਸ਼ ਬਹੁਤ ਵਧੀਆ ਠੀਕ ਹੈ ਔਰਗੈਨਿਕ ਸਬਜ਼ੀਆਂ ਖਾਓ ਅਤੇ ਨਾਲ ਨਾਲ ਆਪਣੇ ਮਲਟੀ ਵਿਟਾਮਿਨ ਆਊਟਸੋਰਸ ਵੀ ਕਰਦੇ ਰਹੋ ਪਰ ਇੱਕ ਗੁਣ ਜ਼ਰੂਰ ਆ ਕੋਈ ਜਿਮ ਜਾਂਦਾ ਨਹੀਂ ਜਾਂਦਾ ਦਫ਼ਤਰ ਜਾਂਦਾ ਨਹੀਂ ਜਾਂਦਾ ਵਿਹਲੀਆਂ ਮਾਰਦਾ ਨਹੀਂ ਮਾਰਦਾ ਗੱਪਾਂ ਮਾਰਦਾ ਨਹੀਂ ਮਾਰਦਾ ਜਦੋਂ ਖਾਣਾ ਖਾਣ ਬੈਠੋ ਜੇ 4 ਰੋਟੀਆਂ ਦੀ ਭੁੱਖ ਹੈ ਤਾਂ 2 ਹੀ ਖਾਓ ਓਕੇ 3 ਖਾ ਲਓ ਇੱਕ ਦੀ ਭੁੱਖ ਰੱਖ ਲਓ ਉਹ ਜਿਹੜੀ ਬੱਚੀ ਹੋਈ ਭੁੱਖ ਹੈ ਉਹਨੂੰ ਕਿੱਦਾਂ ਕੰਟਰੋਲ ਕਰਨਾ ਹੈ ਯਾਰ ਇੱਥੋਂ ਤੱਕ ਆਉਣਾ ਜ਼ਰੂਰੀ ਆ ਇੱਥੇ ਤੱਕ ਆ ਜਾਓ ਆਪਾਂ ਤਾਂ ਜਿਹੜੇ ਗਲ ਤੱਕ ਨਹੀਂ ਖਾਂਦੇ ਸਾਨੂੰ ਤਾਂ ਸਬਰ ਹੀ ਨਹੀਂ ਹੁੰਦਾ ਉਹੀ ਮੈਂ ਪੁੱਛਣਾ ਸੀ ਆਹੀ ਸਬਰ ਕਰਨਾ ਨਹੀਂ ਇੱਕ ਹੋਰ ਚੀਜ਼ ਕਿ ਆਪਾਂ ਹੈ ਨਾ ਮਿੱਠੇ ਨੂੰ ਦੇਖ ਕੇ ਕਿੱਦਾਂ ਕੰਟਰੋਲ ਕਰਨਾ ਉਹ ਵੀ ਇੱਕ ਟਿਪ ਦੱਸ ਦਿਓ ਬਸ ਜਾਂਦੇ ਜਾਂਦੇ ਮਿੱਠੇ ਨੂੰ ਜਦੋਂ ਦੇਖਦੇ ਹੋ ਤੁਸੀਂ ਹਾਂ ਖਾ ਲਓ ਹਾਏ ਕੰਟਰੋਲ ਨਹੀਂ ਕਰਨਾ ਓਕੇ ਮਿੱਠਾ ਵੀ ਇੰਨੀ ਮਾੜੀ ਚੀਜ਼ ਨਹੀਂ ਹੈ ਪਰ ਐਕਸੈਸ ਦੇ ਵਿੱਚ ਤਾਂ ਹਰ ਇੱਕ ਚੀਜ਼ ਮਾੜੀ ਹੈ ਵਾਓ ਮੈਂ ਆਪਣੇ ਲਈ ਪੁੱਛਿਆ ਸੀ ਵੈਸੇ ਇਹ ਸਭ ਜਾਂਦੇ ਜਾਂਦੇ ਨਾ ਆਪਾਂ ਆਪਣੀ ਕਨਵਰਸੇਸ਼ਨ ਨੂੰ ਰੇਟ ਕਰਦੇ ਆ ਸਪਾਈਸਿਸ ਦੇ ਨਾਮ ਤੋਂ ਲਾਈਕ ਮਸਾਲਿਆਂ ਦੇ ਨਾਮ ਤੋਂ ਕਿ ਸਾਡੀ ਕਨਵਰਸੇਸ਼ਨ ਕਿੱਦਾਂ ਸੀ ਤੁਹਾਨੂੰ ਕਿਹੜੇ ਮਸਾਲੇ ਨਾਲ ਆਪਣੀ ਕਨਵਰਸੇਸ਼ਨ ਮੈਚ ਹੋਈ ਆ ਲੱਗਦਾ ਹੈ ਮੈਨੂੰ ਤਾਂ ਹਲਵਾਈਆਂ ਤਾਂ ਨਹੀਂ ਮਿਲਦੀ ਖੱਟੀ ਮਿੱਠੀ ਸਪਾਈਸੀ ਚਟਨੀ ਹੁੰਦੀ ਹੈ ਜਿਹੜੀ ਪੰਜਾਬ ਦੀ ਤਾਂ ਨਹੀਂ ਸੀ ਕਿ ਮੈਂ ਹਲਵਾਈ ਆ ਜੀ ਅਸੀਂ ਹਲਵਾਈ ਹਾਂ ਤੁਸੀਂ ਕਹਿ ਰਹੇ ਹੋ ਉਹ ਚਟਨੀ ਨਾ ਕਿਤੇ ਵਰਲਡ 'ਚ ਬਣਦੀ ਆ ਨਾ ਉਹ ਨਾ ਤਾਂ ਮਿੱਠੀ ਆ ਅਤੇ ਨਾ ਹੀ ਉਹ ਖੱਟੀ ਹੁੰਦੀ ਆ ਅਤੇ ਨਾ ਹੀ ਉਹ ਸਪਾਈਸੀ ਹੁੰਦੀ ਆ ਮਿਕਸ ਹੁੰਦੀ ਆ ਅਤੇ ਬਹੁਤ ਵਧੀਆ ਸਮੋਸਿਆਂ ਨੂੰ ਲਾ ਕੇ ਖਾਂਦੇ ਹੁੰਦੇ ਆ ਮੈਨੂੰ ਨਹੀਂ ਪੰਜਾਬ ਤੋਂ ਬਾਹਰ ਕਦੇ ਮਿਲਦੀ ਇਹ ਬੜਾ ਯੂਨੀਕ ਅੱਜ ਦਾ ਹੈ ਨਾ ਪਹਿਲੀ ਵਾਰੀ ਕਿਸੇ ਨੇ ਇੱਦਾਂ ਹਰ ਨੂੰ ਚੰਗੀ ਲੱਗਦੀ ਹੋਊਗੀ ਜਿਹੜੇ ਅੱਜ ਕੱਲ੍ਹ ਦੀ ਜਨਰੇਸ਼ਨ ਦਾ ਨਾਲ ਹੈ ਨਾ ਪਕੌੜੇ ਨਾਲ ਸਮੋਸੇ ਫਿਰ ਮੰਗਾ ਲਓ ਇੰਟਰਵਿਊ ਤੋਂ ਬਾਅਦ ਡਨ ਤੁਸੀਂ ਖਾਂਦੇ ਹੋ ਬਿਲਕੁਲ ਮੈਂ ਕੱਲ੍ਹ ਤਾਂ ਪਕੌੜੇ ਖਾਣ ਦੀ ਗੱਲ ਕਰਾਂਗਾ ਆਪਾਂ ਹੈ ਨਾ ਫਿਰ ਆਪਾਂ ਬਾਏ ਕਹਿ ਦਈਏ ਸਮੋਸੇ ਵੀ ਖਾਣੇ ਹੈ ਨਾ ਠੀਕ ਬਾਏ ਬਾਏ ਟੇਕ ਕੇਅਰ ਅਸੀਂ ਚੱਲੇ ਸਮੋਸੇ ਖਾਣ ਤੁਸੀਂ ਰੱਖੋ ਆਪਣਾ ਧਿਆਨ ਸਤਿ ਸ਼੍ਰੀ ਅਕਾਲ